ਮਲੋਟ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਤੋਂ ਪਹਿਲਾਂ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਅਕਾਲੀ ਦਲ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਦੇ ਘਰ 'ਤੇ ਹਮਲਾ ਕਰਕੇ ਸੰਮਤੀ ਮੈਂਬਰ ਕਾਲੂ ਰਾਮ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ 'ਤੇ ਦੇਰ ਰਾਤ ਨੂੰ ਸਿਵਲ ਵਰਦੀ ਵਿੱਚ ਨਸ਼ੇ ਦੀ ਹਾਲਤ ਵਿੱਚ ਆਏ ਅਤੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 2:30 ਦਾ ਟਾਈਮ ਸੀਗਾ ਜੀ, 3 ਗੱਡੀਆਂ ਆਈਆਂ ਜੀ, ਉਹਨਾਂ ਨੇ ਗੇਟ ਖੁਲਵਾਇਆ, ਆਉਂਦੇ ਸਾਰੇ ਮੇਰੇ ਬ੍ਰਦਰ ਨੂੰ ਪੈ ਕੇ ਕੁੱਟਣ ਜੀ। ਅਸੀਂ ਉਹਨਾਂ ਨੂੰ ਪੁੱਛਿਆ, ਦੱਸੋ ਕੌਣ ਤੁਸੀਂ? ਕਹਿੰਦਾ ਕਿ ਸੀ ਆਈ ਸਟਾਫ ਵਾਲੇ ਹਾਂ ਜੀ। ਅਸੀਂ ਕਿਹਾ ਤੁਸੀਂ ਆਈ ਕਾਰਡ ਦਿਖਾਓ, ਤੁਹਾਡੀ ਵਰਦੀ ਕਿੱਥੇ ਆਈ? ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਜੀ, ਮੇਰੇ ਆਪਦੇ ਡਾਂਗ ਮਾਰੀ ਖੁਦ ਦੀ ਪੈਰ 'ਤੇ। ਫਿਰ ਮੇਰੇ ਦੂਜੇ ਬ੍ਰਦਰ ਨੂੰ ਖਿੱਚ ਕੇ ਲੈ ਗਏ ਬਾਹਰ ਸੀ, ਫਿਰ ਅਸੀਂ ਰੌਲਾ ਪਾਇਆ ਜੀ, ਫਿਰ ਬੰਦੇ ਸਾਰੇ ਇਕੱਠੇ ਹੋ ਕੇ ਆਏ ਸਾਰੇ ਜੀ। ਫਿਰ ਕਾਫੀ ਕਾਰਵਾਈ ਚੱਲੀ ਉਹਨਾਂ ਨਾਲ ਜੀ, ਪਰ ਕਿਸੇ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਜੀ। ਉਦੋਂ ਕੀ ਕਿਉਂ ਚੱਕਿਆ ਗਿਆ ਸੀਗਾ? ਕਿਉਂ ਕੋਈ ਨਹੀਂ, ਸਾਨੂੰ ਕੁਛ ਨਹੀਂ ਦੱਸਿਆ ਉਹਨਾਂ ਨੇ ਜੀ ਇਸ ਬਾਰੇ। ਕੋਈ ਗੱਲ ਹੀ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਜੀ, ਸਿਰਫ ਕੁੱਟਮਾਰ ਕੀਤੀ ਹੈ ਸਾਡੀ, ਗੋੜਿਆਂ ਨਾਲ ਧੱਕਾ ਕੀਤਾ ਜੀ ਉਹਨਾਂ ਨੇ ਪੂਰਾ, ਗੋੜੀਆਂ ਅਸੀਂ ਉੱਤੇ ਮੂੰਹੀਆਂ ਪੈ ਗਈਆਂ, ਸਾਡੀ ਗੱਲ ਨਹੀਂ ਉਹਨਾਂ ਨੇ ਸੁਣੀ। ਨਸ਼ਾ ਕੀਤਾ ਹੋਇਆ ਸੀਗਾ ਉਹਨਾਂ ਨੇ, ਡਰਿੰਕ ਕੀਤੀ ਹੋਈ ਸੀ ਪੂਰਾ, ਸ਼ਰਾਬ ਪੀਤੀ ਹੋਈ ਸਾਰਿਆਂ ਨੇ, 3 ਗੱਡੀਆਂ ਸੀਗੀਆਂ। ਇਹ ਮੇਰਾ ਡੈਡੀ ਬਲਾਕ ਸੰਮਤੀ ਮੈਂਬਰ ਹੈ ਜੀ, ਅੱਜ ਚੋਣਾਂ ਹੋਣੀਆਂ ਜੀ, ਤੋਂ ਮੈਂ ਡੈਡੀ ਨੂੰ ਚੱਕਣ ਆਏ ਸੀ ਜੀ। ਕਿਹੜੀ ਪਾਰਟੀ ਨਾਲ? ਅਕਾਲੀ ਦਲ ਨਾਲ। ਤੁਹਾਨੂੰ ਕੀ ਪਤਾ ਹੈਗਾ ਵੀ ਉਹ ਚੱਕਣ ਆਏ ਸੀ ਜਾਂ? ਉਹ ਬਾਅਦ 'ਚ ਸਾਨੂੰ ਦੱਸਿਆ ਜੀ ਉਹਨਾਂ ਨੇ। ਕਿੰਨੇ ਬੰਦੇ ਸੀ? ਉਹ 10-12 ਬੰਦੇ ਸੀ। ਕਿਸ ਤਰ੍ਹਾਂ ਮੁਕਾਬਲਾ ਕੀਤਾ? ਮੁਕਾਬਲਾ ਤਾਂ ਕੀ ਕਰਨਾ, ਸਾਨੂੰ ਕੁੱਟਮਾਰ ਕਰਤੀ ਜੀ ਉਹਨਾਂ ਨੇ ਸਾਨੂੰ। ਪਹਿਲਾਂ ਮੇਰੇ ਬ੍ਰਦਰ ਨੂੰ ਕੁੱਟਿਆ ਜੀ, ਉਦੋਂ ਬਾਅਦ ਮੈਨੂੰ ਕੁੱਟਿਆ ਜੀ, ਮੁੜ ਕੇ ਸਾਡੇ ਬੁੜੀਆਂ ਆ ਗਈਆਂ ਜੀ। ਅਤੇ ਕਿੰਨੇ ਕੁ ਵਜੇ ਦੀ ਘਟਨਾ? ਇਹ 2:30 ਦੀ ਗੱਲ ਹੈ ਜੀ। ਕੀ ਆ ਕੇ ਉਹਨਾਂ ਨੇ ਦੱਸਿਆ ਵੀ ਸੀ ਕੌਣ? ਉਹਨਾਂ ਨੇ ਦੱਸਿਆ ਨਹੀਂ, ਉਦੋਂ ਪਹਿਲਾਂ ਦੱਸਦੇ ਸੀ ਕਹਿੰਦੇ ਸੀ ਆਈ ਸਟਾਫ ਦੇ ਬੰਦੇ ਆ ਜੀ, ਅਤੇ ਉਦੋਂ ਬਾਅਦ ਅਸੀਂ ਇੱਥੇ ਇਹਨਾਂ ਨੂੰ ਰੱਖਿਆ 10 ਮਿੰਟ। ਉਦੋਂ ਬਾਅਦ SHO ਆਇਆ ਮਲੋਟ ਸਦਰ ਤੋਂ, ਉਹ ਲੈ ਗਏ ਜੀ ਆਪਦੀ ਜ਼ਿੰਮੇਵਾਰੀ 'ਤੇ ਜਾਣਾ। 2:30 ਦੀ ਘਟਨਾ ਹੈ ਜੀ, ਮੇਰੇ ਸਹੁਰੇ ਸਾਹਿਬ ਨੂੰ ਚੱਕਣਾ ਹੈ, ਚੇਅਰਮੈਨ ਦਾ ਬਲਾਕ ਸੰਮਤੀ ਦਾ ਮੈਂਬਰ। ਜਦੋਂ ਆਏ ਸਾਡੇ ਘਰ, ਅਸੀਂ ਪੁੱਛਿਆ ਵੀ ਤੁਸੀਂ ਕੌਣ ਹੋ? ਕੌਣ ਹੋ? ਅਸੀਂ ਕਿਹਾ ਵੀ ਚੋਰ ਨੇ, ਚੋਰ ਨੇ। ਕਹਿੰਦੇ ਨਹੀਂ, ਅਸੀਂ ਚੋਰ ਨਹੀਂ ਹੈਗੇ ਹਾਂ, ਬੰਦਿਆਂ ਨੂੰ ਖਿੱਚ ਲਿਆ ਸਾਡੇ ਨੇ। ਕੁਛ ਪਾਣੀ ਲਾਉਣ ਗਏ ਸੀ ਬਸ, ਇੱਕ ਮੁੰਡਾ ਹੀ ਘਰੇ ਸੀ ਕਦੇ ਹੋਰ, ਇਹਨਾਂ ਨੂੰ ਖਿੱਚ ਲਿਆ, ਇੱਕ ਦੂਜਾ ਮੁੰਡਾ ਘਰੇ ਸੀ, ਇਹਨਾਂ ਨੂੰ ਖਿੱਚ ਲਿਆ ਸੀ, ਇਹਨਾਂ ਨੂੰ ਕਿਸੇ ਹਾਲਤ ਨਾਲ ਮਸਾਂ ਬਚਾਇਆ ਸੀ। ਉੱਤੇ ਮੂਧੀਆਂ ਪੈ ਗਈਆਂ ਵੀ ਸਾਨੂੰ ਮਾਰ ਦਿਓ, ਸਾਡੇ ਬੰਦਿਆਂ ਨੂੰ ਨਾ ਲੈ ਕੇ ਜਾਓ। ਦੂਜੇ ਪਾਸੇ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ OSG ਗੁਰਚਰਨ ਸਿੰਘ ਅਤੇ ਸਾਬਕਾ ਜ਼ਿਲ੍ਹਾ ਮੁਖੀ ਦਿਆਲ ਸਿੰਘ ਕੋਲਿਆਂਵਾਲੀ ਪਿੰਡ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਾਂਗਰਸ ਵੱਲੋਂ ਉਹਨਾਂ ਉੱਤੇ ਧੱਕਾ ਕਰਨ ਦੇ ਦੋਸ਼ ਲਗਾਏ। ਦੇਖੋ, ਸਾਨੂੰ ਅੰਦੇਸ਼ਾ ਪਹਿਲਾਂ ਹੀ ਹੋ ਗਿਆ ਸੀ ਜਦੋਂ ਇਹਨਾਂ ਨੇ ਇਲੈਕਸ਼ਨ ਪਰਸੋਂ ਪੋਸਟਪੋਨ ਕਰਾਇਆ ਕਾਂਗਰਸ ਪਾਰਟੀ ਨੇ। ਸਾਨੂੰ ਅੰਦੇਸ਼ਾ ਤਾਂ ਸੀਗਾ ਵੀ ਇਹ ਕੁਛ ਨਾ ਕੁਛ ਗਲਤ ਕੰਮ ਕਰਨਗੇ। ਉਸੇ ਦੇ ਤਹਿਤ ਇਹਨਾਂ ਨੇ ਕੱਲ੍ਹ ਰਾਤ ਚੋੜ ਪਿੰਡ ਰਾਤ ਤਕਰੀਬਨ 2:30 ਸਾਡੇ ਬਲਾਕ ਸੰਮਤੀ ਮੈਂਬਰ ਕਾਲਾ ਰਾਮ ਚੋੜਾਂ ਤੋਂ ਜਿਹੜੇ ਮੈਂਬਰ ਸੀਗੇ, ਮੈਂਬਰ ਹੈਗੇ ਸਾਡੇ ਬਲਾਕ ਸੰਮਤੀ ਦੇ, ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਪਰਿਵਾਰ 'ਤੇ ਹਮਲਾ ਕੀਤਾ, ਉਹਨਾਂ ਦੇ ਬੱਚਿਆਂ ਦੀ ਕੁੱਟਮਾਰ ਵੀ ਕੀਤੀ। ਪਰ ਸਾਰਾ ਜਿਹੜਾ ਪਿੰਡ ਹੈ, ਮੁਹੱਲਾ ਹੈ, ਜਿਹੜਾ ਬਰਾਦਰੀ ਹੈ, ਉਹ ਇਕੱਠੀ ਹੋ ਗਈ। ਇੱਕ ਹੈ ਇਹਨਾਂ ਦਾ, ਇਹਨਾਂ ਨੇ ਜਿਹੜੇ ਅਣਪਛਾਤੇ ਬੰਦੇ ਇੱਥੇ ਆਏ ਸੀਗੇ ਉਹਨਾਂ ਨੂੰ ਫੜ ਵੀ ਲਿਆ, ਉਹਨਾਂ ਦੀਆਂ ਗੱਡੀਆਂ ਵੀ ਫੜ ਲਈਆਂ, ਅਤੇ ਫਿਰ SHO ਸਦਰ ਮੌਕੇ 'ਤੇ ਆ ਕੇ ਉਹਨਾਂ ਬੰਦਿਆਂ ਨੂੰ ਨਾਲ ਲੈ ਕੇ ਗਏ ਹੈ। ਬਹੁਤ ਘਟੀਆ ਹਰਕਤ ਹੈ ਜਿਹੜੀ ਉਹ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ। ਲੋਕਾਂ ਨੇ ਜਿਹੜਾ ਫਤਵਾ ਦਿੱਤਾ ਸੀਗਾ ਇਲੈਕਸ਼ਨਾਂ 'ਚ, ਇਹਨਾਂ ਨੂੰ ਮੰਨਣਾ ਚਾਹੀਦਾ ਸੀ ਉਸ ਫਤਵੇ ਨੂੰ, ਅਤੇ ਅੱਜ ਤੱਕ ਇਕੱਲਾ ਚੇਅਰਮੈਨ ਵਾਈਸ ਚੇਅਰਮੈਨ ਦੀ ਚੋਣ ਸੀ, ਉਹਨੂੰ ਮੰਨਣਾ ਚਾਹੀਦਾ ਸੀ। ਪਰ ਰਾਤ ਇਹਨਾਂ ਨੇ ਜੋ ਇਹ ਲੋਕਤੰਤਰ ਦਾ ਕਤਲ ਕੀਤਾ, ਬਹੁਤ ਮੰਦਭਾਗਾ ਹੈ। ਫਿਰ ਜਦੋਂ ਥਾਣਾ ਸਦਰ ਦੇ ਇੰਚਾਰਜ ਮਲਕੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਵਿੱਚ ਬੋਲਣ ਤੋਂ ਇਨਕਾਰ ਕਰ ਦਿੱਤਾ। ਅੱਜ ਜਿਹੜੇ ਬੰਦੇ ਫੜੇ ਆ ਉਹਦੇ ਬਾਰੇ ਕਰਨਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਈ ਪਹਿਲੀ ਘਟਨਾ ਨਹੀਂ ਜਦੋਂ ਚੋਣਾਂ ਦੇ ਮਾਹੌਲ ਮੌਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋਵੇ। ਮਲੋਟ ਤੋਂ ਚੇਤਨਪੁਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ। ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid de Super Canadian Sikhya Mele ch register karo ate ek vadhiya bhavikh wal apna pehla kadam chukho. Pyramid Visa ek vadhiya zindagi layi.